ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਬੈਲ ਦੇ ਆਈਕਨ 'ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ। ਹੈਲੋ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਕੱਲ੍ਹ ਦੇ ਮਸ਼ਹੂਰ ਪੰਜਾਬੀ ਸਿੰਗਰਾਂ ਦੀ ਐਜੂਕੇਸ਼ਨ ਅਤੇ ਉਹਨਾਂ ਦੇ ਕਰੀਅਰ ਬਾਰੇ। ਅਤੇ ਇਸ ਵਿਸ਼ੇ 'ਤੇ ਅਸੀਂ ਪਹਿਲਾਂ ਵੀ ਵੀਡੀਓਜ਼ ਬਣਾ ਚੁੱਕੇ ਹਾਂ ਅਤੇ ਇਹ ਉਹਨਾਂ ਦਾ ਅਗਲਾ ਭਾਗ ਹੈ। ਜੇਕਰ ਤੁਸੀਂ ਇਸ ਵੀਡੀਓ ਦੇ ਪਿਛਲੇ ਭਾਗ ਹਾਲੇ ਤੱਕ ਨਹੀਂ ਦੇਖੇ ਤਾਂ ਉੱਪਰ ਆ ਰਹੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਅਸੀਂ ਡਿਸਕ੍ਰਿਪਸ਼ਨ ਵਿੱਚ ਵੀ ਉਹਨਾਂ ਦੇ ਲਿੰਕ ਦੇ ਦਿੱਤੇ ਹਨ ਅਤੇ ਉੱਥੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਇੱਦਾਂ ਦੀ ਵੀਡੀਓਜ਼ ਲਿਆਉਂਦੇ ਰਹਾਂਗੇ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਵੀਡੀਓ। ਗੈਰੀ ਸੰਧੂ ਜੀ ਦਾ ਪੂਰਾ ਨਾਮ ਗੁਰਮੁਖ ਸਿੰਘ ਸੰਧੂ ਹੈ। ਗੈਰੀ ਸੰਧੂ ਜੀ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਰੁੜਕਾ ਕਲਾਂ ਦੇ ਸਰਕਾਰੀ ਸਕੂਲ ਤੋਂ ਕੰਪਲੀਟ ਕੀਤੀ ਅਤੇ ਅੱਗੇ ਦੀ ਪੜ੍ਹਾਈ ਵਿੱਚ ਹੀ ਛੱਡ ਕੇ UK ਚਲੇ ਗਏ ਅਤੇ ਉੱਥੇ ਜਾ ਕੇ ਗੈਰੀ ਸੰਧੂ ਜੀ ਨੇ ਬਹੁਤ ਸਟਰਗਲ ਕੀਤੀ ਅਤੇ ਫਿਰ 2010 ਵਿੱਚ ਆਪਣਾ ਪਹਿਲਾ ਗਾਣਾ ਲੈ ਕੇ ਆਏ ਮੈਂ ਨਹੀਂ ਪੀਂਦਾ, ਜੋ ਲੋਕਾਂ ਨੂੰ ਕਾਫੀ ਪਸੰਦ ਆਇਆ ਅਤੇ ਗੈਰੀ ਸੰਧੂ ਜੀ UK ਵਿੱਚ ਮਸ਼ਹੂਰ ਹੋ ਗਏ ਅਤੇ ਹੋਰ ਵੀ ਕਈ ਹਿੱਟ ਗਾਣੇ ਕੱਢੇ ਅਤੇ 2014 ਵਿੱਚ JGB ਨਾਲ ਆਪਣੀ ਪਹਿਲੀ ਫਿਲਮ ਲੈ ਕੇ ਆਏ ਰੋਮੀਓ ਰਾਂਝਾ, ਜੋ ਲੋਕਾਂ ਨੂੰ ਕਾਫੀ ਪਸੰਦ ਆਈ। ਗੈਰੀ ਸੰਧੂ ਜੀ ਨੇ ਰੋਮੀਓ ਰਾਂਝਾ ਫਿਲਮ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਗੈਰੀ ਸੰਧੂ ਜੀ ਅੱਜ ਵੀ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਕੁਲਬੀਰ ਝਿੰਜਰ ਜੀ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਖਰੋੜਾ ਫਤਿਹਗੜ੍ਹ ਤੋਂ ਕੰਪਲੀਟ ਕੀਤੀ ਅਤੇ ਮਾਤਾ ਗੁਜਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਕੁਲਬੀਰ ਝਿੰਜਰ ਜੀ ਨੂੰ ਸਿੰਗਿੰਗ ਨਾਲ ਬਚਪਨ ਤੋਂ ਹੀ ਪਿਆਰ ਸੀ, ਪਰ ਉਹ ਸਿੰਗਿੰਗ ਨੂੰ ਆਪਣਾ ਕਰੀਅਰ ਨਹੀਂ ਬਣਾਉਣਾ ਚਾਹੁੰਦੇ ਸੀ, ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇਹਨਾਂ ਦੀ ਦੋਸਤੀ ਤਰਸੇਮ ਜੱਸੜ ਜੀ ਨਾਲ ਹੋ ਗਈ, ਜਿਨ੍ਹਾਂ ਨੇ ਆਪਣਾ ਲਿਖਿਆ ਹੋਇਆ ਗਾਣਾ ਅੱਜ ਕਾਲਜ ਦੀ ਫਿਰ ਯਾਦ ਆਈ ਕੁਲਬੀਰ ਝਿੰਜਰ ਨੂੰ ਸੁਣਾਇਆ ਅਤੇ ਝਿੰਜਰ ਜੀ ਨੂੰ ਉਹ ਗਾਣਾ ਕਾਫੀ ਪਸੰਦ ਆਇਆ ਅਤੇ ਉਹ ਇਹ ਗਾਣਾ ਰਿਕਾਰਡ ਕਰਾਉਣਾ ਚਾਹੁੰਦੇ ਸਨ। ਪਰ ਇੱਕ ਗਰੀਬ ਫੈਮਿਲੀ ਵਿੱਚੋਂ ਹੋਣ ਕਰਕੇ ਇਹਨਾਂ ਕੋਲ ਜ਼ਿਆਦਾ ਪੈਸੇ ਵੀ ਨਹੀਂ ਸਨ ਅਤੇ ਔਖੇ ਸੌਖੇ ਇਹਨਾਂ ਨੇ 10-12 ਹਜ਼ਾਰ ਰੁਪਏ ਇਕੱਠੇ ਕੀਤੇ ਅਤੇ ਉਹਨਾਂ ਪੈਸਿਆਂ ਨਾਲ ਹੀ ਗਾਣਾ ਰਿਕਾਰਡ ਕਰਵਾਇਆ ਅਤੇ YouTube 'ਤੇ ਸ਼ੇਅਰ ਕੀਤਾ, ਜੋ ਲੋਕਾਂ ਨੂੰ ਦਿਨੋ ਦਿਨ ਕਾਫੀ ਪਸੰਦ ਆ ਰਿਹਾ ਸੀ। ਅਤੇ ਫਿਰ ਝਿੰਜਰ ਜੀ ਆਪਣੀ ਫੁੱਲ ਗਾਣਿਆਂ ਦੀ ਐਲਬਮ ਲੈ ਕੇ ਆਏ, ਜਿਸ ਦੇ ਸਾਰੇ ਗਾਣੇ ਸੁਪਰ ਡੁਪਰ ਹਿੱਟ ਰਹੇ ਅਤੇ ਫਿਰ ਕੁਲਬੀਰ ਝਿੰਜਰ ਜੀ ਦਾ ਸਿੰਗਿੰਗ ਕਰੀਅਰ ਸ਼ੁਰੂ ਹੋ ਗਿਆ ਅਤੇ ਝਿੰਜਰ ਜੀ ਅੱਜ ਵੀ ਆਪਣੇ ਗਾਣਿਆਂ ਨਾਲ ਛਾਏ ਹੋਏ ਹਨ। ਸਿੱਧੂ ਮੂਸੇਵਾਲਾ ਜੀ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਮੂਸੇਵਾਲਾ ਜ਼ਿਲ੍ਹਾ ਮਾਨਸਾ ਤੋਂ ਕੰਪਲੀਟ ਕੀਤੀ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਵੀ ਪ੍ਰਾਪਤ ਕੀਤੀ ਅਤੇ ਇਹ ਵੀ ਇੱਕ ਸਿੰਗਰ ਹੀ ਬਣਨਾ ਚਾਹੁੰਦੇ ਸਨ। ਜਦੋਂ ਇਹ ਇੱਕ ਲੇਖਕ ਤੋਂ ਗਾਣਾ ਲੈਣ ਗਏ ਤਾਂ ਉਸ ਨੇ ਗਾਣਾ ਦੇਣ ਤੋਂ ਮਨਾ ਕਰ ਦਿੱਤਾ ਅਤੇ ਸਿੱਧੂ ਮੂਸੇਵਾਲਾ ਜੀ ਨਾਲ ਰੁੜਲੀ ਗੱਲ ਕੀਤੀ ਅਤੇ ਬੁਰਾ ਭਲਾ ਵੀ ਕਿਹਾ ਅਤੇ ਉਸ ਦਿਨ ਇਹਨਾਂ ਨੇ ਸਹੁੰ ਖਾਧੀ ਕਿ ਹੁਣ ਕਿਸੇ ਤੋਂ ਗਾਣਾ ਨਹੀਂ ਲੈਣਾ, ਸਗੋਂ ਆਪੇ ਗਾਣੇ ਲਿਖ ਕੇ ਆਪ ਗਾਵਾਂਗਾ। ਫਿਰ ਇਹਨਾਂ ਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਨੇ ਪਹਿਲਾ ਗਾਣਾ ਨਿੰਜੇ ਨੂੰ ਦਿੱਤਾ, ਜਿਸਦਾ ਨਾਮ ਸੀ ਲਸੰਸ, ਜੋ ਸੁਪਰ ਹਿੱਟ ਰਿਹਾ, ਜਿਸ ਤੋਂ ਇਹ ਇੱਕ ਰਾਈਟਰ ਦੇ ਰੂਪ ਵਿੱਚ ਮਸ਼ਹੂਰ ਹੋ ਗਏ। ਪਰ ਇਹਨਾਂ ਦਾ ਸੁਪਨਾ ਹਾਲੇ ਵੀ ਸਿੰਗਰ ਬਣਨ ਦਾ ਸੀ। ਫਿਰ 2 ਜੁਲਾਈ 2017 ਨੂੰ ਸਿੱਧੂ ਮੂਸੇਵਾਲਾ ਜੀ ਆਪਣਾ ਪਹਿਲਾ ਗਾਣਾ ਲੈ ਕੇ ਆਏ ਜੀ ਵੈਗਨ, ਜੋ ਹਿੱਟ ਰਿਹਾ। ਫਿਰ 1 ਮਹੀਨੇ ਬਾਅਦ 9 ਅਗਸਤ ਨੂੰ ਸੋ ਹਾਈ ਗਾਣਾ ਲੈ ਕੇ ਆਏ, ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਸਿੱਧੂ ਮੂਸੇਵਾਲਾ ਜੀ ਰਾਤੋਂ ਰਾਤ ਮਸ਼ਹੂਰ ਹੋ ਗਏ ਅਤੇ ਇਹ ਅੱਜ ਵੀ ਆਪਣੇ ਗਾਣਿਆਂ ਨਾਲ ਸਾਨੂੰ ਐਂਟਰਟੇਨ ਕਰ ਰਹੇ ਹਨ। ਗੁਰੂ ਰੰਧਾਵਾ ਜੀ ਦਾ ਪੂਰਾ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ ਅਤੇ ਗੁਰੂ ਰੰਧਾਵਾ ਜੀ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਨੂਰਪੁਰ ਤੋਂ ਪੂਰੀ ਕੀਤੀ ਅਤੇ ਫਿਰ ਉਹ ਦਿੱਲੀ ਚਲੇ ਗਏ ਅਤੇ ਇੰਡੀਅਨ ਇੰਸਟੀਟਿਊਟ ਆਫ ਪਲੈਨਿੰਗ ਐਂਡ ਮੈਨੇਜਮੈਂਟ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਗੁਰੂ ਰੰਧਾਵਾ ਜੀ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਬਹੁਤ ਸ਼ੌਂਕ ਸੀ ਅਤੇ ਉਹ TV ਅਤੇ ਰੇਡੀਓ ਵਿੱਚ ਗਾਣੇ ਸੁਣਿਆ ਕਰਦੇ ਸਨ ਅਤੇ ਉਹ ਅਕਸਰ ਆਪਣੇ ਘਰ ਗਾਣੇ ਗਾਉਂਦੇ ਰਹਿੰਦੇ ਸਨ।
ਅਤੇ ਇਹਨਾਂ ਦੀ ਆਵਾਜ਼ ਸ਼ੁਰੂ ਤੋਂ ਹੀ ਬਹੁਤ ਵਧੀਆ ਸੀ, ਜਿਸ ਕਰਕੇ ਇਹਨਾਂ ਨੇ ਪ੍ਰੋਫੈਸ਼ਨਲ ਸਿੰਗਰ ਬਣਨ ਦਾ ਮਨ ਬਣਾ ਲਿਆ। ਅਤੇ ਗੁਰੂ ਰੰਧਾਵਾ ਜੀ ਨੇ ਮਿਊਜ਼ਿਕ ਇੰਡਸਟਰੀ ਦੇ ਮਾਰਕੀਟਿੰਗ ਅਤੇ ਬਿਜ਼ਨਸ ਨੂੰ ਸਮਝਣ ਲਈ ਦਿੱਲੀ ਦੇ IIBM ਕੋਲੇਜ ਤੋਂ MBA ਦੀ ਪੜ੍ਹਾਈ ਕੰਪਲੀਟ ਕੀਤੀ। ਅਤੇ ਗੁਰੂ ਰੰਧਾਵਾ ਜੀ ਨੇ ਕੋਲੇਜ ਖਤਮ ਹੋਣ ਤੱਕ ਬਹੁਤ ਗਾਣੇ ਲਿਖ ਕੇ ਕੰਪਲੀਟ ਕਰ ਲਏ ਸਨ। ਫਿਰ ਕੋਲੇਜ ਖਤਮ ਹੋਣ ਤੋਂ ਬਾਅਦ ਆਪਣਾ ਪਹਿਲਾ ਗਾਣਾ ਲਾਂਚ ਕੀਤਾ, ਮੈਨੂੰ ਛੱਡ ਗਈ, ਜੋ ਠੀਕ ਠਾਕ ਚੱਲਿਆ। ਫਿਰ 2015 ਵਿੱਚ ਉਹਨਾਂ ਨੇ ਬੋਹੇਮੀਆ ਨਾਲ ਆਪਣਾ ਗਾਣਾ ਪਟੋਲਾ ਲਾਂਚ ਕੀਤਾ, ਜੋ ਲੋਕਾਂ ਨੂੰ ਬਹੁਤ ਪਸੰਦ ਆਇਆ ਅਤੇ ਉਹ ਗਾਣਾ ਸੁਪਰ ਹਿੱਟ ਰਿਹਾ। ਅਤੇ ਇਸ ਗਾਣੇ ਤੋਂ ਗੁਰੂ ਰੰਧਾਵਾ ਜੀ ਨੂੰ ਉਹ ਮੁਕਾਮ ਹਾਸਿਲ ਹੋਇਆ ਜਿਸਦਾ ਉਹ ਸੁਪਨਾ ਲਿਆ ਕਰਦੇ ਸਨ। ਅਤੇ ਗੁਰੂ ਰੰਧਾਵਾ ਜੀ ਅੱਜ ਵੀ ਬੋਲੀਵੁੱਡ ਅਤੇ ਬਾਲੀਵੁੱਡ ਵਿੱਚ ਆਪਣੇ ਗਾਣਿਆਂ ਨਾਲ ਛਾਏ ਹੋਏ ਹਨ। ਤਰਸੇਮ ਜੱਸੜ ਜੀ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕੰਪਲੀਟ ਕੀਤੀ ਅਤੇ ਮਾਤਾ ਗੁਜਰੀ ਕੋਲਜ ਫਤਿਹਗੜ੍ਹ ਸਾਹਿਬ ਤੋਂ ਗ੍ਰੈਜੂਏਸ਼ਨ BSc PGDCA ਕੰਪਲੀਟ ਕੀਤੀ ਅਤੇ MSc ਦੀ ਪੜ੍ਹਾਈ ਵਿੱਚ ਹੀ ਛੱਡਣੀ ਪਈ ਕਿਉਂਕਿ ਉਸ ਟਾਈਮ ਇਹਨਾਂ ਦਾ ਇੰਗਲੈਂਡ ਦਾ ਵੀਜ਼ਾ ਆ ਚੁੱਕਿਆ ਸੀ ਅਤੇ ਤਰਸੇਮ ਜੱਸੜ ਜੀ ਇੰਗਲੈਂਡ ਚਲੇ ਗਏ। ਅਤੇ ਤਰਸੇਮ ਜੱਸੜ ਜੀ ਨੂੰ ਗਾਣੇ ਲਿਖਣ ਦਾ ਬਹੁਤ ਸ਼ੌਂਕ ਸੀ ਅਤੇ ਇਹਨਾਂ ਦਾ ਪਹਿਲਾ ਗਾਣਾ ਸੀ ਅੱਜ ਕੋਲਜ ਦੀ ਫਿਰ ਯਾਦ ਆਈ, ਜੋ ਕੁਲਬੀਰ ਝਿੰਜਰ ਜੀ ਨੇ ਗਾਇਆ ਅਤੇ ਉਹ ਗਾਣਾ ਕਾਫੀ ਜ਼ਿਆਦਾ ਹਿੱਟ ਰਿਹਾ। ਅਤੇ ਫਿਰ ਤਰਸੇਮ ਜੀ ਨੇ ਵਿਹਲੀ ਜਨਤਾ ਐਲਬਮ ਦੇ ਸਾਰੇ ਗਾਣੇ ਆਪ ਲਿਖੇ ਅਤੇ ਸਾਰੇ ਦੇ ਸਾਰੇ ਗਾਣੇ ਸੁਪਰ ਹਿੱਟ ਰਹੇ ਅਤੇ ਤਰਸੇਮ ਜੀ ਦਾ ਇੱਕ ਰਾਈਟਰ ਦੇ ਰੂਪ ਵਿੱਚ ਕਰੀਅਰ ਸ਼ੁਰੂ ਹੋ ਗਿਆ। ਅਤੇ ਫਿਰ 2012 ਵਿੱਚ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਅਤੇ ਇਹਨਾਂ ਦੇ ਦੋਸਤਾਂ ਨੇ ਮਿਲ ਕੇ ਆਪਣੀ ਮਿਊਜ਼ਿਕ ਕੰਪਨੀ ਖੋਲ੍ਹੀ ਜਿਸਦਾ ਨਾਮ ਰੱਖਿਆ ਗਿਆ ਵਿਹਲੀ ਜਨਤਾ। ਅਤੇ ਫਿਰ ਤਰਸੇਮ ਜੱਸੜ ਜੀ ਨੇ ਆਪਣੀ ਸਿੰਗਿੰਗ ਦੀ ਸ਼ੁਰੂਆਤ ਕੀਤੀ ਅਤਿਵਾਦੀ ਗਾਣੇ ਨਾਲ ਅਤੇ ਇਹ ਗਾਣਾ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਅਤੇ ਤਰਸੇਮ ਜੀ ਮਸ਼ਹੂਰ ਹੋ ਗਏ। ਅਤੇ ਫਿਰ ਰੱਬ ਦਾ ਰੇਡੀਓ ਫਿਲਮ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਅੱਜ ਵੀ ਤਰਸੇਮ ਜੱਸੜ ਜੀ ਆਪਣੇ ਫਿਲਮਾਂ ਅਤੇ ਗਾਣਿਆਂ ਨਾਲ ਸਾਡਾ ਮਨੋਰੰਜਨ ਕਰ ਰਹੇ ਹਨ ਅਤੇ ਇਹਨਾਂ ਦੀ ਫਿਲਮਾਂ ਅਤੇ ਗਾਣੇ ਸਮਾਜ ਨੂੰ ਇੱਕ ਚੰਗਾ ਮੈਸੇਜ ਵੀ ਦਿੰਦੇ ਹਨ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ, ਕਿਉਂਕਿ ਤੁਹਾਡੇ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਵੀ ਜ਼ਰੂਰ ਫੋਲੋ ਕਰੋ, ਜਿੱਥੇ ਅਸੀਂ ਚੈਨਲ ਦੇ ਰਿਲੇਟਿਡ ਨਵੇਂ ਨਵੇਂ ਅਪਡੇਟ ਪਾਉਂਦੇ ਰਹਿੰਦੇ ਹਾਂ ਅਤੇ ਜਿਸਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਬਹੁਤ ਜਲਦ ਅਸੀਂ ਇਸ ਸੀਰੀਜ਼ ਦਾ ਅਗਲਾ ਭਾਗ ਵੀ ਲੈ ਕੇ ਆਵਾਂਗੇ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ। ਧੰਨਵਾਦ।